मेरे घर से बोलिए ज़्यादा दूर नहीं है, 10 मिनट लगेंगे। दोस्तों आज सुबह तो ही धूप निकली हुई है, कभी बारिश हो जाती है, पर आज तो सुबह तो ही धूप आ गई है। ਤੁਸੀਂ ਫੰਕਸ਼ਨ ਹੋ ਰਹੇ ਹਾਂ ਤਦ ਤੱਕ ਤੁਸੀਂ ਰਸਤਾ ਇੰਜੋਏ ਕਰੋ, ਵੀਡੀਓ ਨੂੰ ਇੰਜੋਏ ਕਰੋ। ਦੋਸਤੋ ਅਸੀਂ ਪਹੁੰਚ ਗਏ ਹਾਂ ਗੁਰਦੁਆਰੇ, ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਗੁਰਦੁਆਰਾ ਹੈਗਾ, ਮੇਨ ਰੋਡ 'ਤੇ ਹੀ ਹੈਗਾ। ਅਤੇ ਇਹ ਗੁਰਦੁਆਰਾ ਫੇਮਸ ਹੋਇਆ ਸੀ ਕਰੋਨਾ ਟਾਈਮ ਦੇ ਵਿੱਚ, ਜਿਹਦੇ ਵਿੱਚ ਇਹਨਾਂ ਨੇ ਆਕਸੀਜਨ ਲੰਗਰ ਸਭ ਤੋਂ ਪਹਿਲੇ ਇੱਥੇ ਹੀ ਸਟਾਰਟ ਕੀਤੀ ਸੀ, ਠੀਕ ਹੈ ਜੀ। ਔਰ ਇਹਨਾਂ ਨੇ ਕਿਸਾਨ ਅੰਦੋਲਨ ਜਿਹੜਾ ਚੱਲ ਰਿਹਾ ਗਾਜ਼ੀਪੁਰ, ਉੱਥੇ ਵੀ ਇਹਨਾਂ ਨੇ ਉੱਥੇ ਜਿਹੜੇ ਲੋਕ ਆਏ ਸੀ ਉਹਨਾਂ ਨੂੰ ਵੀ ਸ਼ੈਲਟਰ ਦਿੱਤਾ ਸੀ ਔਰ ਫੂਡ ਦਿੱਤਾ ਸੀਗਾ। ਅਤੇ ਅਸੀਂ ਬਹੁਤ ਥੈਂਕ ਯੂ ਕਰਦੇ ਹਾਂ ਮੈਨੇਜਮੈਂਟ ਦੀ ਇੱਥੋਂ ਦੀ, ਅਤੇ ਬਹੁਤ ਵਧੀਆ ਗੁਰਦੁਆਰਾ ਹੈਗਾ। ਆਓ ਅੱਗੇ ਦੇਖ।
हाँ जी दोस्तों, हम असं तुम्हें इंद्रपुरम दिखा दें कि इंद्रपुरम कहो जहा इलाका है। बहुत फेमस है और मैं तुम्हें दिखा देना हर तरीके का खाना तो मिल जाएगा। मार्केट आएगी जी, इससे हर तरीके का खाना मिल जाता है और सोसाइटीज ने चारे पासे सोसाइटी फ्लैट ही फ्लैट है। मार्केट थोड़ी इस टाइम खाली है, शाम को क्राउड आएगा, इतने शाम को इतने बहुत अच्छी रौनक होती है। ठीक है जी, मिलते हैं फिर अगली वीडियो।